मलोट शहर के समीर कुमार जिसने बॉक्सिंग 63 किलो वर्ग के गोल्ड मैडल डिस्ट्रिक्ट मुक्तसर श्री मुक्तसर साहब जितया, उसनू ते उसके परिवार को ये गोल्ड मैडल जितने वास्ते बहुत बहुत मुबारकबाद देना। तो नाल ही मैं बाकी शहर मलोट के सब डिवीजन के सारे आदमियों सारे नौजवान बच्चों इस गल की अपील भी करदा कि वह समीर कुमार वांगू अपने आप को खेडों नाल जोड़ के रखन और खेडों के खेत्र में वध तो वध नाम ना कटन, माड़े काम माड़िया बुराइया नशे पत्ते तो दूर रहन। ਕੀ ਨਾਮ ਹੈ ਤੁਹਾਡਾ? ਸਮੀਰ ਕੁਮਾਰ। ਤੇ ਕਿਹੜਾ ਪਿੰਡ ਹੈ? ਫੱਕਰ ਸਰ ਥੇੜੀ। ਤੇ ਕਿਹੜੀਆਂ ਖੇਡਾਂ ਵਿੱਚ ਜਿਹੜਾ ਤੁਸੀਂ ਆਪਣੇ ਜੋ ਭਗਵੰਤ ਮਾਨ ਕਰਾ ਰਿਹਾ ਵਤਨ ਆਪਣਾ ਖੇਡ ਮੇਲਾ ਹੀ, ਇਹਦੇ ਮੁਕਤਸਰ ਸ਼੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ ਮੇਰਾ ਗੋਲਡ ਮੈਡਲ ਆਈ। ਕਿਹੜੀ ਖੇਡ ਵਿੱਚ? ਬਾਕਸਿੰਗ ਜੀ। ਕਿੰਨੀ ਜਿਹੜੀ ਅੰਡਰ ਏਜ ਦਾ ਇਹ ਜਿਹੜਾ ਤੁਹਾਡਾ ਕੰਪੀਟੀਸ਼ਨ ਸੀ? ਮੇਰਾ ਅੰਡਰ 17 ਏਜ ਦਾ ਕੰਪੀਟੀਸ਼ਨ ਸੀ ਜੀ, 63 ਵਰਗ ਕਿਲੋ ਉਹਦੇ ਵਿੱਚ। ਕਿੰਨੇ ਬੱਚਿਆਂ ਨੇ ਜਿਹੜਾ ਕੰਪੀਟੀਸ਼ਨ 'ਚ ਭਾਗ ਲਿਆ? ਬੱਚੇ ਮੇਰੇ ਵੇਟ ਦੇ ਵਿੱਚ ਤਾਂ ਸਿਰਫ 6 ਆਣੇ ਸੀਗੇ। स्टार्ट की मेनू कोचिंग गिदड़वे तो शिमशाद अली आई, उन्होंने मेनू कोचिंग देनी स्टार्ट की, उदो बाद मैं जो मैडल वजे उन्हें करके वजे, उन्होंने प्रैक्टिस बहुत कराई है जी, मेहनत बहुत कराई है। हूँ अपने खेड वतन जो स्टेट होगा स्टेट लैवल मैं भाग लेने जा रहा। हाँ जी सर, की नाम है? राजकुमार। तो बच्चा जो जिले फर्स्ट आया बॉक्सिंग, की कहना चाहोगे? अगे स्टेट लैवल से वधिया खेडे जी, सारे बच्चों ने यह भी गेम च भाग लैन, कोई तरक्की कर नशे तो बचनी। हाँ जी, की नाम है जी? मेरा नाम है नरसी राम, मैं जीव रक्षा सेवा संस्था का प्रधान हाँ। ਇਹ ਮੇਰਾ ਭਤੀਜਾ ਹੈਗਾ ਜਿਹੜਾ ਕਿ ਇਹ ਪੰਜਾਬ ਦੇ ਮਤਲਬ ਕਿ ਜ਼ਿਲ੍ਹੇ ਲੈਵਲ 'ਤੇ ਖੇਡ ਕੇ ਆਇਆ ਅਤੇ ਗੋਲਡ ਮੈਡਲ ਲੈ ਕੇ ਆਇਆ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਤਲਬ ਕਿ ਬੱਚਾ ਹੈਗਾ ਜਮ੍ਹਾਂ ਗਰੀਬ ਪਰਿਵਾਰ ਤੋਂ ਹੈ, ਅਤੇ ਜਿਹੜਾ ਇਹਨਾਂ ਦਾ ਇੱਕ ਘਰ ਜਿਹੜੇ ਵਿੱਚ ਇਹ ਰਹਿ ਰਹੇ ਆ ਉਹ ਸਿਰਫ ਇੱਕ ਕਮਰਾ ਇਹਨਾਂ ਕੋਲ ਆ ਅਤੇ 4 ਜੀ ਉਸ ਘਰ ਦੇ ਵਿੱਚ ਰਹਿ ਰਹੇ ਆ, ਜਮ੍ਹਾਂ ਗਰੀਬ ਪਰਿਵਾਰ ਦਾ ਪਰਿਵਾਰ ਹੈਗਾ। ਤਾਂ ਮੈਂ ਚਾਹੁੰਦਾ ਵੀ ਸਰਕਾਰ ਉਧਰਲੇ ਪਾਸੇ ਵੀ ਦੇਖੇ, ਕਿਉਂਕਿ ਇਹੋ ਜਿਹੜੇ ਬੱਚੇ ਗਰੀਬ ਪਰਿਵਾਰਾਂ ਤੋਂ ਉੱਥੇ ਉੱਠ ਕੇ ਜਾਂਦੇ ਆ, ਤਾਂ ਉਹਨਾਂ ਨੂੰ ਜਿਹੜਾ ਕੁਛ ਨਾ ਕੁਛ ਸਹਾਇਤਾ ਮਿਲਦੀ ਰਹੇ, ਸਰਕਾਰ ਵੱਲੋਂ ਕੋਈ ਨਾ ਕੋਈ ਮਤਲਬ ਕਿ ਕੁਛ ਨਾ ਕੁਛ ਦਿੱਤਾ ਜਾਵੇ ਇਹੋ ਜਿਹਾ, ਜਿਵੇਂ ਕਿ ਇਹ ਕੋਚਿੰਗ ਵਾਸਤੇ ਅਬੋਹਰ ਜਾ ਰਿਹਾ, ਤਾਂ ਗਰੀਬ ਪਰਿਵਾਰ ਇੰਨਾ ਕੁਛ ਨਹੀਂ ਕਰ ਸਕਦਾ। ਤਾਂ ਮੇਰੀ ਰਿਕੁਐਸਟ ਆ ਸਰਕਾਰ ਨੂੰ, ਜਾਂ ਇੱਥੇ ਆਪਣੇ ਮੈਡਮ ਹੈਗੇ ਆ ਬੀਬੀ ਬਲਜੀਤ ਕੌਰ ਮੰਤਰੀ ਸਾਹਿਬ ਆ, ਉਹਨਾਂ ਨੂੰ ਇੱਕ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਕੁਛ ਨਾ ਕੁਛ ਜਿਹੜਾ ਖੇਡ ਦੇ ਵਿੱਚ ਜੋ ਵੀ ਕਿੱਟ ਆਉਂਦੀ ਆ ਉਹ ਇਹਨਾਂ ਨੂੰ ਦਿੱਤੀ ਜਾਵੇ। ਮਾਸਟਰ ਜਸਪਾਲ ਸਿੰਘ ਹਲਕਾ ਮਲੋਟ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ। ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ, ਜਿਨ੍ਹਾਂ ਨੇ ਪੰਜਾਬ ਨੂੰ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਵਤਨ ਪੰਜਾਬ ਦੀਆਂ ਖੇਡਾਂ ਸ਼ੁਰੂ ਕੀਤੀਆਂ। ਇਹਨਾਂ ਖੇਡਾਂ ਦੇ ਦੌਰਾਨ ਸਾਡੇ ਇਲਾਕੇ ਦਾ ਇੱਕ ਗਰੀਬ ਪਰਿਵਾਰ ਦਾ ਬੱਚਾ ਸਮੀਰ, ਜਿਹੜਾ ਕਿ ਅੰਡਰ 14 ਪੇਂਡੂ ਖੇਡਾਂ ਦੇ ਵਿੱਚੋਂ ਅੰਡਰ 17 ਵਿੱਚੋਂ ਗੋਲਡ ਮੈਡਲ ਜਿੱਤ ਕੇ ਅੱਜ ਮਲੋਟ ਆਇਆ। ਮਲੋਟ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਸਬ ਡਿਵੀਜ਼ਨ ਮਲੋਟ ਦੇ DSP ਸਰਦਾਰ ਬਲਕਾਰ ਸਿੰਘ ਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ, ਅਤੇ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਇਹ ਵੀ ਕਿਹਾ ਕਿ ਮੈਂ ਇਸ ਬੱਚੇ ਦੀ ਮਦਦ ਕਰੂੰਗਾ। ਉਹਨਾਂ ਨੇ ਆਪਣੇ ਕਿਸੇ ਫਰੈਂਡ ਨਾਲ ਵੀ ਮੌਕੇ 'ਤੇ ਇਹੀ ਗੱਲ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ, ਵੀ ਜੇਕਰ ਉੱਥੇ ਚੰਗਾ ਕੋਚ ਹੈਗਾ ਤਾਂ ਮੈਂ ਇਸ ਬੱਚੇ ਨੂੰ ਦਿਲੋਂ ਪਿਆਰ ਕਰਦਾ ਅਤੇ ਦਿਲੋਂ ਇਹਦੀ ਮਦਦ ਕਰਕੇ ਇਹਨੂੰ ਉੱਥੇ ਐਡਮਿਸ਼ਨ ਦਵਾਉਣਾ ਚਾਹੁੰਦਾ, ਕਿਉਂਕਿ ਜਿਹੜੇ ਅੱਜ ਕੱਲ੍ਹ ਦਾ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਹਿ ਰਿਹਾ, ਅਸੀਂ ਚਾਹੁੰਦੇ ਹਾਂ ਵੀ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਉਸ ਪਾਸਿਓਂ ਹਟਾ ਕੇ ਗੇਮਾਂ ਵਾਲੇ ਪਾਸੇ ਲਿਆਉਣ। ਗੇਮਾਂ ਦੇ ਵਿੱਚ ਪੰਜਾਬ ਬਹੁਤ ਤਰੱਕੀ ਕਰ ਰਿਹਾ, ਬੱਚੇ ਬਹੁਤ ਤਰੱਕੀ ਕਰ ਰਹੇ ਹੈ, ਬੱਚੇ ਆਪਣਾ ਭਵਿੱਖ ਵਧੀਆ ਬਣਾਉਣਗੇ। ਧੰਨਵਾਦ ਜੀ।